ਜਬਰ ਛਤਰ ਤਖਤ ਦੇ ਮਾਲਿਕ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਚ ਬੈਠੀ ਗੁਰੂ ਰੂਪ ਸਵਾਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਦੀ ਸ਼ਤਾਬਦੀ, ਜਨਮ ਸ਼ਤਾਬਦੀ ਮਨਾ ਰਹੀ ਸਮੂਹ ਸੰਗਤ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਲੱਖ ਲੱਖ ਵਧਾਈ ਦਿੰਦਾ। ਔਰ ਵਧਾਈ ਦੇ ਪਾਤਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸਾਰੇ ਹੀ ਮੇਰੇ ਸਹਿਯੋਗੀ ਸਾਥੀ ਵੀਰ ਬਜ਼ੁਰਗਾਂ, ਜਿਨ੍ਹਾਂ ਨੇ ਅੱਜ ਇਹ ਇੱਕ ਲਾਮਿਸਾਲ ਇਕੱਠ ਕਰਕੇ, ਜਥੇਦਾਰ ਗੁਰਚਰਨ ਸਿੰਘ ਟੌੜਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੰਥ ਪ੍ਰਸਤੀ ਦੀ ਗੱਲ ਕੀਤੀ ਹੈ, ਉਹਨਾਂ ਦੀ ਇਹ ਜਿਹੜੀ ਇਹ ਜਨਮ ਸ਼ਤਾਬਦੀ ਮਨਾ ਰਹੇ ਹੋ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਮੈਂ ਬੜੀ ਦੇਰ ਤੋਂ ਵੱਖ ਵੱਖ ਬੁਲਾਰਿਆਂ ਦੇ ਬਾਰੇ ਵਿਚਾਰ ਸੁਣ ਰਿਹਾ ਸੀ, ਔਰ ਸਟੇਟ ਸੈਕਟਰੀ ਸਾਹਿਬ ਨੇ ਵੀ ਦੋ ਤਿੰਨ ਵਾਰ ਅਪੀਲ ਕੀਤੀ ਹੈ ਕਿ ਆਪਾਂ ਇਸ ਇਕੱਠ ਨੂੰ, ਇਸ ਕੌਮ ਦੇ ਆਉਣ ਵਾਲੀ ਜਿਹੜੀ ਪਨੀਰੀ ਹੈ ਉਹਨੂੰ ਕੋਈ ਨਵੀਂ ਦਿਸ਼ਾ ਦੇ ਸਕੀਏ। ਔਰ ਮੈਂ ਚਾਹੁੰਦਾ ਕਿ ਅੱਜ ਤੁਸੀਂ ਜਿਹੜੇ ਸਟੇਜ 'ਤੇ ਬੈਠੇ ਹੋ, ਇਹ ਗੱਲ ਦੇਖ ਲਓ ਕਿ ਅੱਜ ਜਿਹੜੇ ਵੀ ਪੰਥ ਪ੍ਰਸਤ ਦਾ ਜਨਮ ਦਿਹਾੜਾ ਉਹਦੇ ਜਾਣ ਤੋਂ 20 ਸਾਲ ਬਾਅਦ ਵੀ ਇੰਨੀ ਧੂਮਧਾਮ ਨਾਲ ਮਨਾ ਰਹੇ ਨੇ, ਤਾਂ ਇਹਦਾ ਮਤਲਬ ਹੈ ਕੌਮ ਦੇ ਵਿੱਚ ਅੱਜ ਪੰਥ ਪ੍ਰਸਤੀ ਅਜੇ ਵੀ ਬੜੀ ਪੂਰੀ ਤਰੀਕੇ ਦੇ ਨਾਲ ਜਿੰਦਾ ਹੈ। ਔਰ ਇਹਨੂੰ ਰੂਹ ਫੁੱਕਣ ਦੀ ਲੋੜ ਹੈ, ਇਹਨੂੰ ਦਿਸ਼ਾ ਦੇਣ ਦੀ ਲੋੜ ਹੈ। ਔਰ ਅੱਜ ਇੱਕ ਇੱਥੇ ਜਿਹੜੇ ਤੁਸੀਂ ਮਤੇ ਪੜ੍ਹਨੇ ਨੇ, ਇੱਥੇ ਜਿਹੜੇ ਵੀ ਰੈਜੂਲੇਸ਼ਨ ਪਾਸ ਕਰਨੇ ਨੇ, ਇਹੋ ਜਿਹੇ ਵੀ ਰੈਜੂਲੇਸ਼ਨ ਪਾਸ ਕਰੋ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਿੱਤਾਂ ਦੀ। ਔਰ ਮੇਰੇ ਤੋਂ ਪਹਿਲਾਂ ਹੁਣੇ ਕਵਰ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਪੰਥ ਦੀ ਔਰ ਗੁਰੂ ਗ੍ਰੰਥ ਸਾਹਿਬ ਦੀ ਸ਼ਾਮ ਦੀ ਜਿਹੜੀ ਗੱਲ ਹੈ ਉਹਦੇ ਉੱਤੇ ਵੀ ਤੁਸੀਂ ਦਿਸ਼ਾ ਦਿਓ। ਮੇਰੀ ਬਹੁਤ ਲੰਬਾ ਸਮਾਂ ਜਥੇਦਾਰ ਟੌੜਾ ਹੋਰਾਂ ਨਾਲ ਸਾਂਝ ਰਹੀ ਹੈ, ਪਰਿਵਾਰ ਦੇ ਨਾਲ ਬੜਾ ਪਿਆਰ ਰਿਹਾ, ਔਰ ਮੈਂ ਅੱਜ ਇਹ ਕਹਿ ਸਕਦਾ ਕਿ ਜਿਸ ਦਿਨ ਟੌੜਾ ਸਾਹਿਬ ਦੀ ਡੈਥ ਹੋਈ, ਸਭ ਤੋਂ ਪਹਿਲਾਂ ਅਗਰ ਕੋਈ ਨਾਲ ਉਹਨਾਂ ਦੇ ਖਲੋਤਾ ਸੀ ਉਹ ਮੈਂ ਸੀ, ਅਤੇ ਉਹਨਾਂ ਦੇ ਜਵਾਈ ਸਰਦਾਰ ਹਰਮੇਲ ਸਿੰਘ ਜੀ ਟੌੜਾ ਜੀ ਦਿੱਲੀ ਸਪੋਰਟ ਹੋਸਪਿਟਲ ਤੋਂ ਜਦ ਅਸੀਂ ਉਹਨਾਂ ਦੇ ਦੇਹ ਨੂੰ ਲੈ ਕੇ ਚੱਲੇ, ਔਰ ਮੈਂ ਅੱਜ ਹੁਣੇ ਆਉਂਦੇ ਵਕਤ ਆਪਣੇ ਸਾਥੀਆਂ ਨਾਲ ਗੱਲ ਕਰ ਰਿਹਾ ਸੀ, ਜਦ ਮੈਂ ਨਹਿਰ ਟੱਪੀ ਤਾਂ ਮੈਨੂੰ ਸੀਨ ਅੱਜ ਤੋਂ 20 ਸਾਲ ਪਹਿਲੇ ਦਾ ਯਾਦ ਆ ਗਿਆ ਕਿ ਜਿਸ ਵਕਤ ਅਸੀਂ ਉਹਨਾਂ ਨੂੰ ਲੈ ਕੇ ਇੱਥੇ ਪਹੁੰਚੇ ਸੀ, ਸ਼ਾਇਦ ਕੋਈ 3 ਕਾ ਵੀ ਉੱਥੇ ਸੁੱਟਣ ਦੀ ਜਗ੍ਹਾ ਨਹੀਂ ਸੀ ਜਿੱਥੇ ਲੋਕ ਇਕੱਠ ਦੇ ਰੂਪ ਦੇ ਵਿੱਚ ਖੜ੍ਹੇ ਹੋਣ, ਔਰ ਜਗ੍ਹਾ ਜਗ੍ਹਾ 'ਤੇ ਇੱਕ ਉਹ ਬੈਨਰ ਲੱਗੇ ਸੀ ਜਿਹੜੀ ਅੱਜ ਤੱਕ ਮੇਰੀ ਜ਼ਿੰਦਗੀ 'ਚ ਯਾਦ ਨੇ। ਉਹਦੇ 'ਚ ਲਿਖਿਆ ਸੀ ਉਹਨਾਂ ਬੈਨਰਾਂ ਦੇ ਉੱਤੇ, ਉਹਨਾਂ ਸੜਕਾਂ ਦੇ ਉੱਤੇ, ਕਿ ਅੱਜ ਚੰਨ ਵੀ ਉਦਾਸ ਹੈ, ਤਾਰੇ ਵੀ ਉਦਾਸ ਨੇ, ਤੇਰੇ ਬਿਨਾਂ ਬਾਪੂ ਅੱਜ ਪਿੰਡ ਦੀਆਂ ਰਾਵਾਂ ਵੀ ਉਦਾਸ ਨੇ। ਉਹ ਸ਼ਖਸੀਅਤ ਜਿਹਨੂੰ ਜਿੱਥੇ ਪਿੰਡ ਨਹੀਂ, ਜ਼ਿਲ੍ਹਾ ਨਹੀਂ, ਪੂਰਾ ਪੰਜਾਬ ਨਹੀਂ, ਹਿੰਦੁਸਤਾਨ ਨਹੀਂ, ਦੁਨੀਆਂ ਭਰ ਦੇ ਵਿੱਚ ਜਿੰਨੇ ਕੌਮ ਦਾ ਨਾਮ ਉੱਚਾ ਰੱਖਿਆ, ਔਰ ਇੰਨੇ ਸਾਲ ਤਕਰੀਬਨ 27 ਸਾਲ ਦੇ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਕਰਦੇ ਹੋਏ ਇੱਕ ਦਾਗ ਨਹੀਂ ਲੱਗ ਸਕਿਆ। ਔਰ ਅੱਜ ਅਗਰ ਅਸੀਂ ਉਹਨਾਂ ਦੇ ਕੰਪੈਰੀਜ਼ਨ ਦੇ ਬਾਅਦ ਦੇਖੀਏ ਕਿ 20 ਸਾਲਾਂ ਦੇ ਵਿੱਚ ਕੋਈ ਐਸਾ ਆਗੂ ਨਹੀਂ ਹੋ ਸਕਿਆ ਜਿਹਨੇ ਪੰਥ ਦੇ ਹੱਕਾਂ ਲਈ ਸਰਕਾਰਾਂ ਦੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕੀਤੀ ਹੋਵੇ। ਕੋਈ ਐਸਾ ਆਗੂ ਨਹੀਂ ਬਣ ਸਕਿਆ ਜਿਹਨੇ ਪੰਥ ਦੀ ਰਹਿਨੁਮਾਈ ਕਰਦੇ ਹੋਏ ਪੰਥ ਦਾ ਦਰਦ ਨਾ ਸਮਝਿਆ ਹੋਏ। ਬਹੁਤ ਅਫਸੋਸ ਦੀ ਗੱਲਾਂ, ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਬੀਆਂ ਹੋਈਆਂ,
ਮੈਂ ਸਮਝਦਾ ਕਿ ਅੱਜ ਜਥੇਦਾਰ ਟੋੜਾ ਸਾਹਿਬ ਵਰਗੇ ਬੰਦੇ ਹੁੰਦੇ ਤੇ ਕਿਸੇ ਦੀ ਜ਼ਰੂਰਤ ਨਹੀਂ ਪੈ ਸਕਦੀ ਸੀ ਕਿ ਐਸੀਆਂ ਬੇਅਦਬੀਆਂ ਕਰ ਸਕੇ। ਸੋ ਅੱਜ ਉਹਨਾਂ ਦੀ ਜਨਮ ਦਿਹਾੜੇ ਦੇ ਉੱਤੇ ਤੁਸੀਂ ਸਾਰੇ ਇਕੱਠੇ ਹੋਏ ਹੋ, ਇੱਥੋਂ ਸੇਧ ਲੈ ਕੇ ਜਾਓ, ਇੱਥੋਂ ਪ੍ਰੋਗਰਾਮ ਲੈ ਕੇ ਜਾਓ ਕਿ ਪੰਥ ਨੇ ਔਰ ਪੰਜਾਬ ਨੇ ਅਗਲੇ ਸਮੇਂ ਵਾਸਤੇ ਕੀ ਕਰਨਾ ਹੈ, ਕਿਉਂਕਿ ਤੁਹਾਡੇ ਸਾਰਿਆਂ ਨੇ ਅੱਜ ਇੱਥੋਂ ਜਾਣ ਵਾਲਾ ਇੱਕ ਗੱਲ ਤਾਂ ਪੱਕੀ ਹੈ ਕਿ ਜਿਹੜਾ ਇੱਥੇ ਆਇਆ ਉਹ ਪੰਥ ਦਰਦੀ ਹੈ, ਕਿਉਂਕਿ ਉਹ ਟੋੜਾ ਸਾਹਿਬ ਦੀ ਸੋਚ ਦੇ ਉੱਤੇ ਆਇਆ, ਔਰ ਜਿਹਨੇ ਇੱਥੋਂ ਜਾਣਾ ਹੈ ਉਹ ਜਾਣ ਤੋਂ ਬਾਅਦ ਵੀ ਅਗਰ ਪੰਥ ਦੀਆਂ ਗੱਲਾਂ ਕਰੇਗਾ, ਜੋ ਲੀਡਰਸ਼ਿਪ ਇੱਥੋਂ ਪ੍ਰੋਗਰਾਮ ਉਲੀਕ ਕੇ ਦੇਗੀ ਉਹਦੇ ਉੱਤੇ ਪੈਰਾ ਦੇਈਏ, ਤਾਂ ਮੈਂ ਸਮਝਦਾ ਕਿ ਜਿਹੜੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਵਾਸਤੇ ਇੱਥੇ ਪ੍ਰੋਗਰਾਮ ਰੱਖੇ ਗਏ ਨੇ, ਸਾਡੀ ਲੀਡਰਸ਼ਿਪ ਬੈਠੀ ਹੈ, ਮੈਨੂੰ ਲੱਗਦਾ ਉਹਨਾਂ ਨੂੰ ਵੀ ਬਲ ਮਿਲੇਗਾ ਔਰ ਪੰਜਾਬ ਨੂੰ ਨਵੀਂ ਸੇਧ ਮਿਲੇਗੀ। ਸੋ ਮੈਂ ਧੰਨਵਾਦ ਕਰਦਾ ਔਰ ਇੱਕ ਗੱਲ ਜ਼ਰੂਰ ਬੇਨਤੀ ਕਰਾਂਗਾ, ਕਿਉਂਕਿ ਸਟੇਟ ਸੈਕਟਰੀ ਸਾਹਿਬ ਨੇ ਜਿਹੜਾ ਮੇਰਾ ਨਾਮ ਲਿਆ, ਮੈਂ ਬਤੌਰ ਹਰਮੀਤ ਸਿੰਘ ਇੱਥੇ ਰਿਪ੍ਰਜੈਂਟ ਨਹੀਂ ਕਰ ਰਿਹਾ, ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਦੇ ਇੱਥੇ ਮੈਨੂੰ ਸੱਦਾ ਦਿੱਤਾ ਗਿਆ। ਉਹ ਕਮੇਟੀ ਜਿਹਨੂੰ ਟੋੜਾ ਸਾਹਿਬ ਨੇ ਆਪ ਬਣਾਇਆ, ਆਪ ਸਿੱਝਿਆ, ਔਰ ਅੱਜ ਦਿੱਲੀ ਦੇ ਵਿੱਚ ਵੀ ਅਗਰ ਅਸੀਂ ਪਾਰਟੀ ਚਲਾ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ, ਤਾਂ ਉਹ ਵੀ ਟੋੜਾ ਸਾਹਿਬ ਦੀ ਰਹਿਨੁਮਾਈ ਦੇ ਹੇਠ ਉਹਨਾਂ ਦੇ ਦੱਸੇ ਹੋਏ ਰਸਤੇ ਦੇ ਉੱਤੇ ਅਸੀਂ ਚਲਾ ਰਹੇ ਹਾਂ, ਉਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ, ਉਹਨਾਂ ਲੀਹਾਂ ਦੇ ਉੱਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ 1920 ਦੇ ਵਿੱਚ ਆਪਣਾ ਜਨਮ ਲਿਆ ਸੀ। ਸੋ ਮੈਂ ਇੱਕ ਵਾਰ ਸਾਰੀਆਂ ਸੰਗਤ ਦਾ, ਸਮੂਹ ਲੀਡਰਸ਼ਿਪ ਦਾ ਧੰਨਵਾਦ ਕਰਦਾ ਔਰ ਅੱਜ ਦੇ ਇਸ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।